ਅਸੀਂ ਕੱਲ ਤੁਰੇ ਸੀ ਸ਼ਾਮ ਨੂੰ, ਅਸੀਂ ਪਿੰਡ ਮਨਸੂਰ ਦੇਵੇ ਤੋਂ ਚੱਲੇ ਸੀਗੇ ਤੇ ਅਸੀਂ ਰਾਤ ਰੁਕੇ ਸੀ ਆ ਕੇ ਇੱਥੇ ਖੰਨੇ ਦੇ ਕੋਲੇ ਲਾਗੇ ਜੇ, ਤੇ ਖੰਨੇ ਤੋਂ ਅਸੀਂ ਮੰਨ ਲਓ 5 ਵਜੇ ਚੱਲੇ ਸੀ ਅੱਗੇ ਨੂੰ ਇੱਧਰ ਨੂੰ ਬਾਰਡਰ ਵੱਲ ਨੂੰ। ਜਦੋਂ ਇੱਧਰੋਂ ਚੱਲੇ ਤਾਂ ਸਾਡੇ ਨਾ ਅਸੀਂ ਢਾਬੇ 'ਤੇ ਚਾਹ ਪੀ ਕੇ ਥੋੜ੍ਹਾ ਜਿਹਾ ਟਾਈਮ ਅਸੀਂ ਅਤੇ ਬਸ ਸਾਨੂੰ 5 ਮਿੰਟ ਹੀ ਹੋਰ ਹੋਏ ਸੀਗੇ ਹਜੇ ਤੁਰਿਆਂ ਨੂੰ, ਅਤੇ ਜਿੱਥੇ ਐਕਸੀਡੈਂਟ ਹੋਇਆ 5 ਮਿੰਟ ਹੀ ਹੋਏ ਸੀ ਚੱਲਿਆਂ ਨੂੰ, ਜਿਹੜਾ ਪਿੱਛੇ ਕੇਸਰੀ ਢਾਬਾ ਉੱਥੋਂ ਚਾਹ ਪੀਤੀ ਸੀਗੀ ਅਤੇ ਅਸੀਂ ਬੈਠੇ। ਉਹ ਮੁੰਡਾ ਪਹਿਲਾਂ ਟਰਾਲੀ 'ਚ ਪਿਆ ਸੀਗਾ, ਉਹ ਹਜੇ 5 ਮਿੰਟ ਹੀ ਹੋਏ ਸੀਗੇ ਸਾਨੂੰ ਨਾਲ ਬੈਠੇ ਸਾਡੇ ਉਹ, ਅਤੇ ਨਾਲ ਮੇਰੇ ਆ ਬਿੱਲਾ ਸੀ ਮੁੰਡਾ, ਇਹ ਬੈਠਾ ਸੀਗਾ ਬਰਾਬਰ 'ਤੇ ਇੱਕ ਸਾਈਡ 'ਤੇ, ਅਤੇ ਇੱਕ ਮੈਂ ਚਲਾ ਰਿਹਾ ਸੀਗਾ ਅਤੇ ਦੂਜਾ ਮੁੰਡਾ ਜਿਹੜਾ ਗੁਰਜੰਟ ਸੀਗਾ ਉਹ ਵੀ ਖੱਬੇ ਪਾਸੇ ਬੈਠਾ ਸੀ, ਅਤੇ ਪਿੱਛੋਂ ਅਚਾਨਚੱਕ ਸਾਡੇ ਇੱਕ ਟਰੱਕ ਆਇਆ, ਟਰੱਕ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਝੰਜੋੜਿਆ, ਮੰਨ ਲਓ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਬਣ ਕੀ ਗਿਆ, ਇਹ ਤਾਂ ਕਹਿੰਦੇ ਕਿਤੇ ਪੁਲ ਦੇ ਉੱਤੋਂ ਥੱਲੇ ਕਿਤੇ ਟਰਾਲੀ ਡਿੱਗ ਪਈ ਸਾਡੀ। ਉਹ ਮੁੰਡਾ ਵਿਚਾਰਾ ਉਹ ਕਿਤੇ ਜ਼ਿਆਦਾ ਉਹਦੇ ਸੱਟ ਲੱਗ ਗਈ ਅਤੇ ਉਹ ਵਿਚਾਰੇ ਦੀ ਡੈਥ ਹੋ ਗਈ, ਹੁਣ ਅਸੀਂ ਡੈਡ ਬੋਡੀ ਲੈਣ ਆਏ ਹਾਂ। ਤੁਹਾਡਾ ਕੀ ਲੱਗਦਾ ਸੀ? ਮੇਰਾ ਜੀ ਘਰਾਂ 'ਚੋਂ ਹੀ ਚਾਚੇ ਤਾਇਆ ਸੀ, ਘਰੋਂ ਵਿਚਾਰਾ ਉਹ ਡਾਊਨ ਹੀ ਸੀਗਾ ਵਿਚਾਰਾ, ਉਹ ਸੰਘਰਸ਼ 'ਚ ਆਉਂਦਾ ਰਹਿੰਦਾ ਸੀਗਾ। ਹਾਂਜੀ ਇਕੱਲਾ ਹੀ ਸੀਗਾ ਜੀ, ਇੱਕ ਭੈਣ ਸੀ, ਇੱਥੇ 2020 'ਚ ਬਹੁਤ ਟਾਈਮ ਲਾਇਆ ਜੀ ਉਹਨੇ ਪੰਜੋ ਪਿਓ ਦਾ ਜੀ, ਮੰਨ ਲਓ 6-7 ਸਾਲ ਪਹਿਲਾਂ ਉਹ ਵਿਚਾਰਾ ਉਹਦੀ ਵੀ ਡੈਥ ਹੋ ਗਈ ਸੀ। ਇਕੱਲਾ ਹੀ ਸੀ ਕਮਾਉਣ ਵਾਲਾ, 2 ਬੱਚੇ ਆ ਇਹਦੇ, ਇੱਕ ਇਹਦੀ ਘਰ ਵਾਲੀ ਆ ਅਤੇ ਇੱਕ ਇਹਦੀ ਮਾਤਾ ਵਿਚਾਰੀ ਬੁੱਢੀ, ਉਹ ਬਿਮਾਰ ਰਹਿੰਦੀ ਆ। ਅਤੇ ਹੁਣ ਸਰਕਾਰ ਨੂੰ ਚਾਹੀਦਾ ਇਹਨਾਂ ਇਹਦੀ ਮਦਦ ਕਰੇ, ਬੱਚੇ ਦੀ ਵਿਚਾਰੇ ਦੀ, ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਬਣ ਜੇ। ਚਲੋ ਇਹਨੇ ਤਾਂ ਨਹੀਂ ਮੁੜਨਾ, ਸਾਨੂੰ ਬਹੁਤ ਵੱਡਾ ਘਾਟਾ ਪਿਆ ਵੀ ਇਹ ਵਿਚਾਰਾ ਸਾਡੇ ਵਿੱਚ ਨਹੀਂ ਰਿਹਾ, ਹਰੇਕ ਅੰਦੋਲਨ ਦੇ ਵਿੱਚ ਆਉਂਦਾ ਰਿਹਾ ਸਾਡੇ ਕੋਲ। ਅਸੀਂ ਜੀਰੇ ਤੋਂ ਮੰਨ ਲਓ ਆ ਰਹੇ ਸੀਗੇ ਇੱਧਰ ਨੂੰ, ਮਨਸੂਰ ਦੇਵੇ ਪਿੰਡ ਤੋਂ, ਆ ਰਹੇ ਸੀਗੇ ਜੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ। ਅੱਗੇ ਕਿੱਧਰ ਜਾ ਰਹੇ? ਅੱਗੇ ਅਸੀਂ ਧਰਨੇ 'ਤੇ ਜਾ ਰਹੇ ਸੀ, ਸ਼ੰਭੂ ਬਾਰਡਰ 'ਤੇ ਜਾ ਰਹੇ ਸੀਗੇ। ਪਹਿਲਾਂ ਵੀ ਆਏ ਹਾਂ? ਪਹਿਲਾਂ ਵੀ ਬਹੁਤ ਵਾਰੀ ਆਏ ਹਾਂ ਜੀ, ਹੁਣ ਇਸ ਵਾਰ ਪਹਿਲੀ ਵਾਰ ਆ ਰਹੇ ਸੀਗੇ ਇਸ ਧਰਨੇ 'ਤੇ। ਪਹਿਲਾਂ ਜਦੋਂ 2020 'ਚ ਧਰਨਾ ਚੱਲਿਆ ਉਦੋਂ ਅਸੀਂ ਲਗਾਤਾਰ ਹੀ ਅਸੀਂ 9-10 ਮਹੀਨੇ ਇੱਥੇ ਰਹੇ ਹਾਂ, ਇਹ ਵੀ ਨਾਲ ਮੁੰਡਾ ਸਾਡੇ ਰਹਿੰਦਾ ਸੀਗਾ। ਅਤੇ ਅਸੀਂ ਪਹਿਲਾਂ ਟਰੈਕਟਰ ਇਹ ਲਿਆਂਦਾ ਸੀਗਾ ਵੀ ਪਿੱਛੇ ਸਾਡੇ 3 ਟਰੈਕਟਰ ਹੋਰ ਆ ਰਹੇ ਸੀਗੇ, ਹੁਣ ਉਹ ਅੱਜ ਆਉਣੇ ਸੀਗੇ। ਅਸੀਂ ਪਹਿਲਾਂ ਆ ਕੇ ਇੱਥੇ ਤੰਬੂ ਲਾਉਣਾ ਸੀਗਾ, ਆ ਕੇ ਇੱਥੇ ਲੰਗਰ ਪਾਣੀ ਦੇ ਪ੍ਰਬੰਧ ਕਰਨੇ ਸੀਗੇ। ਅਤੇ ਹੁਣ ਸਾਡਾ ਜਿਹੜੀਆਂ ਮੰਨ ਲਓ ਇਹ ਅਸੀਂ ਲੰਗਰ ਲਾਉਣਾ ਸੀ ਵਿਚਾਰੇ ਨੇ ਉਹਨੇ ਵਰਤਾਉਣਾ ਸੀ, ਉਹ ਸਾਡੇ ਵਿੱਚ ਨਹੀਂ ਰਿਹਾ, ਬੜੀ ਦੁੱਖ ਦੀ ਗੱਲ ਆ ਜੀ। ਬਿਲਕੁਲ, ਅਸੀਂ ਕੱਲ੍ਹ ਤੁਰੇ ਸੀ ਸ਼ਾਮ ਨੂੰ, ਅਸੀਂ ਪਿੰਡ ਮਨਸੂਰ ਦੇਵੇ ਤੋਂ ਚੱਲੇ ਸੀਗੇ ਅਤੇ ਅਸੀਂ ਰਾਤ ਰੁਕੇ ਸੀ ਆ ਕੇ ਇੱਥੇ ਖੰਨੇ ਦੇ ਕੋਲੇ ਲਾਗੇ ਜੇ, ਅਤੇ ਖੰਨੇ ਤੋਂ ਅਸੀਂ ਮੰਨ ਲਓ 5 ਵਜੇ ਚੱਲੇ ਸੀ ਅੱਗੇ ਨੂੰ ਇੱਧਰ ਨੂੰ ਬਾਰਡਰ ਵੱਲ ਨੂੰ। ਜਦੋਂ ਇੱਧਰੋਂ ਚੱਲੇ ਤਾਂ ਸਾਡੇ ਨਾ ਅਸੀਂ ਢਾਬੇ 'ਤੇ ਚਾਹ ਪੀ ਕੇ ਥੋੜ੍ਹਾ ਜਿਹਾ ਟਾਈਮ ਅਸੀਂ ਅਤੇ ਬਸ ਸਾਨੂੰ 5 ਮਿੰਟ ਹੀ ਹੋਰ ਹੋਏ ਸੀਗੇ ਹਜੇ ਤੁਰਿਆਂ ਨੂੰ, ਅਤੇ ਜਿੱਥੇ ਐਕਸੀਡੈਂਟ ਹੋਇਆ 5 ਮਿੰਟ ਹੀ ਹੋਏ ਸੀ ਚੱਲਿਆਂ ਨੂੰ, ਜਿਹੜਾ ਪਿੱਛੇ ਕੇਸਰੀ ਢਾਬਾ ਉੱਥੋਂ ਚਾਹ ਪੀਤੀ ਸੀਗੀ ਅਤੇ ਅਸੀਂ ਬੈਠੇ। ਉਹ ਮੁੰਡਾ ਪਹਿਲਾਂ ਟਰਾਲੀ 'ਚ ਪਿਆ ਸੀਗਾ, ਉਹ ਹਜੇ 5 ਮਿੰਟ ਹੀ ਹੋਏ ਸੀਗੇ ਸਾਨੂੰ ਨਾਲ ਬੈਠੇ ਸਾਡੇ ਉਹ, ਅਤੇ ਨਾਲ ਮੇਰੇ ਆ ਬਿੱਲਾ ਸੀ ਮੁੰਡਾ, ਇਹ ਬੈਠਾ ਸੀਗਾ ਬਰਾਬਰ 'ਤੇ ਇੱਕ ਸਾਈਡ 'ਤੇ, ਅਤੇ ਇੱਕ ਮੈਂ ਚਲਾ ਰਿਹਾ ਸੀਗਾ ਅਤੇ ਦੂਜਾ ਮੁੰਡਾ ਜਿਹੜਾ ਗੁਰਜੰਟ ਸੀਗਾ ਉਹ ਵੀ ਖੱਬੇ ਪਾਸੇ ਬੈਠਾ ਸੀ, ਅਤੇ ਪਿੱਛੋਂ ਅਚਾਨਚੱਕ ਸਾਡੇ ਇੱਕ ਟਰੱਕ ਆਇਆ, ਟਰੱਕ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਝੰਜੋੜਿਆ, ਮੰਨ ਲਓ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਬਣ ਕੀ ਗਿਆ, ਇਹ ਤਾਂ ਕਹਿੰਦੇ ਕਿਤੇ ਪੁਲ ਦੇ ਉੱਤੋਂ ਥੱਲੇ ਕਿਤੇ ਟਰਾਲੀ ਡਿੱਗ ਪਈ ਸਾਡੀ। ਉਹ ਮੁੰਡਾ ਵਿਚਾਰਾ ਉਹ ਕਿਤੇ ਜ਼ਿਆਦਾ ਉਹਦੇ ਸੱਟ ਲੱਗ ਗਈ ਅਤੇ ਉਹ ਵਿਚਾਰੇ ਦੀ ਡੈਥ ਹੋ ਗਈ, ਹੁਣ ਅਸੀਂ ਡੈਡ ਬੋਡੀ ਲੈਣ ਆਏ ਹਾਂ। ਤੁਹਾਡਾ ਕੀ ਲੱਗਦਾ ਸੀ?
ਮੇਰਾ ਜੀ ਘਰਾਂ 'ਚੋਂ ਹੀ ਚਾਚੇ ਤਾਇਆ ਤੋਂ ਹੀ ਸੀ, ਘਰੋਂ ਵਿਚਾਰਾ ਉਹ ਡਾਊਨ ਹੀ ਸੀਗਾ ਵਿਚਾਰਾ, ਉਹ ਸੰਘਰਸ਼ 'ਚ ਆਉਂਦਾ ਰਹਿੰਦਾ ਸੀਗਾ। ਹਾਂਜੀ ਇਕੱਲਾ ਹੀ ਸੀਗਾ ਜੀ, ਇੱਕ ਭੈਣ ਸੀ, ਇੱਥੇ 2020 'ਚ ਬਹੁਤ ਟਾਈਮ ਲਾਇਆ ਜੀ ਉਹਨੇ, ਪੰਜੋ ਪਿਓ ਦਾ ਜੀ ਮੰਨ ਲਓ 6-7 ਸਾਲ ਪਹਿਲਾਂ ਉਹ ਵਿਚਾਰਾ ਉਹਦੀ ਵੀ ਡੈਥ ਹੋ ਗਈ ਸੀ, ਇਕੱਲਾ ਹੀ ਸੀ ਕਮਾਉਣ ਵਾਲਾ, ਦੋ ਬੱਚੇ ਆ ਇਹਦੇ, ਇੱਕ ਇਹਦੀ ਘਰ ਵਾਲੀ ਆ ਅਤੇ ਇੱਕ ਇਹਦੀ ਮਾਤਾ ਵਿਚਾਰੀ ਬੁੱਢੀ, ਉਹ ਬਿਮਾਰ ਰਹਿੰਦੀ ਆ। ਅਤੇ ਹੁਣ ਸਰਕਾਰ ਨੂੰ ਚਾਹੀਦਾ ਇੰਨਾ ਇਹਦੀ ਮਦਦ ਕਰੇ ਬੱਚੇ ਦੀ, ਵਿਚਾਰੇ ਦੀ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਬਣ ਜੇ, ਚਲੋ ਇਹਨੇ ਤਾਂ ਨਹੀਂ ਮੁੜਨਾ, ਸਾਨੂੰ ਬਹੁਤ ਵੱਡਾ ਘਾਟਾ ਪਿਆ ਵੀ ਇਹ ਵਿਚਾਰਾ ਸਾਡੇ ਵਿੱਚ ਨਹੀਂ ਰਿਹਾ, ਹਰੇਕ ਅੰਦੋਲਨ ਦੇ ਵਿੱਚ ਆਉਂਦਾ ਰਿਹਾ ਸਾਡੇ ਕੋਲ। ਅਸੀਂ ਜੀਰੇ ਤੋਂ ਮੰਨ ਲਓ ਆ ਰਹੇ ਸੀਗੇ ਇੱਧਰ ਨੂੰ, ਮਨਸੂਰ ਦੇਵੇ ਪਿੰਡ ਤੋਂ, ਆ ਰਹੇ ਸੀਗੇ ਜੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ। ਅੱਗੇ ਕਿੱਧਰ ਜਾ ਰਹੇ? ਅੱਗੇ ਅਸੀਂ ਧਰਨੇ 'ਤੇ ਜਾ ਰਹੇ ਸੀ, ਸ਼ੰਭੂ ਬਾਰਡਰ 'ਤੇ ਜਾ ਰਹੇ ਸੀਗੇ। ਪਹਿਲਾਂ ਵੀ ਆਏ ਹਾਂ? ਪਹਿਲਾਂ ਵੀ ਬਹੁਤ ਵਾਰੀ ਆਏ ਹਾਂ ਜੀ, ਹੁਣ ਇਸ ਵਾਰ ਪਹਿਲੀ ਵਾਰ ਆ ਰਹੇ ਸੀਗੇ ਇਸ ਧਰਨੇ 'ਤੇ। ਪਹਿਲਾਂ ਜਦੋਂ 2020 'ਚ ਧਰਨਾ ਚੱਲਿਆ ਉਦੋਂ ਅਸੀਂ ਲਗਾਤਾਰ ਹੀ ਅਸੀਂ 9-10 ਮਹੀਨੇ ਇੱਥੇ ਰਹੇ ਹਾਂ, ਇਹ ਵੀ ਨਾਲ ਮੁੰਡਾ ਸਾਡੇ ਰਹਿੰਦਾ ਸੀਗਾ। ਅਤੇ ਅਸੀਂ ਪਹਿਲਾਂ ਟਰੈਕਟਰ ਇਹ ਲਿਆਂਦਾ ਸੀਗਾ ਵੀ ਪਿੱਛੇ ਸਾਡੇ 3 ਟਰੈਕਟਰ ਹੋਰ ਆ ਰਹੇ ਸੀਗੇ, ਹੁਣ ਉਹ ਅੱਜ ਆਉਣੇ ਸੀਗੇ। ਅਸੀਂ ਪਹਿਲਾਂ ਆ ਕੇ ਇੱਥੇ ਤੰਬੂ ਲਾਉਣਾ ਸੀਗਾ, ਆ ਕੇ ਇੱਥੇ ਲੰਗਰ ਪਾਣੀ ਦੇ ਪ੍ਰਬੰਧ ਕਰਨੇ ਸੀਗੇ। ਅਤੇ ਹੁਣ ਸਾਡਾ ਜਿਹੜੀਆਂ ਮੰਨ ਲਓ ਇਹ ਅਸੀਂ ਲੰਗਰ ਲਾਉਣਾ ਸੀ ਵਿਚਾਰੇ ਨੇ ਉਹਨੇ ਵਰਤਾਉਣਾ ਸੀ, ਉਹ ਸਾਡੇ ਵਿੱਚ ਨਹੀਂ ਰਿਹਾ, ਬੜੀ ਦੁੱਖ ਦੀ ਗੱਲ ਆ ਜੀ। ਬਿਲਕੁਲ